ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ, ਜਿੰਨੇ ਵੀ ਮੇਰੇ ਵੀਰ ਇੰਡੀਆ ਤੋਂ ਜਾਂ ਕਿਤੋਂ ਹੋਰ ਵੀ ਸ਼੍ਰੀਲੰਕਾ ਤੋਂ ਅਤੇ ਫਿਲੀਪੀਨ ਤੋਂ ਵੀਡੀਓ ਦੇਖ ਰਿਹਾ ਅਤੇ ਪਾਕਿਸਤਾਨ ਤੋਂ, ਅਤੇ ਉਹਨਾਂ ਲਈ ਥੈਂਕ ਯੂ, ਅਤੇ ਸਪੈਸ਼ਲੀ ਥੈਂਕ ਯੂ ਰੰਧਾਵਾ ਹੈਲਪਲਾਈਨ 'ਚ ਜਿੰਨੇ ਵੀ ਮੇਰੇ ਵੀਰ ਆ ਉਹਨਾਂ ਨੂੰ, ਅਤੇ ਸਪੈਸ਼ਲੀ ਥੈਂਕ ਯੂ ਹਰਨੇਕ ਭਾਅ ਜੀ ਨੂੰ, ਅਤੇ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕੀਤਾ ਵੀਡੀਓ ਬਣਾਉਣ ਲਈ ਅਤੇ ਕਿਸੇ ਦੀ ਹੈਲਪ ਕਰਨ ਲਈ। ਮੈਂ ਵੀਡੀਓ ਬਣਾ ਰਿਹਾ ਸਾਈਪ੍ਰਸ ਤੋਂ, ਨਿਕੋਸ਼ੀਆ ਡਿਸਟ੍ਰਿਕਟ ਤੋਂ, ਨਿਕੋਸ਼ੀਆ ਸਾਈਪ੍ਰਸ, ਅਤੇ ਆਪਾਂ ਗੱਲ ਕਰਾਂਗੇ ਸਾਈਪ੍ਰਸ ਬਾਰੇ। ਜੋ ਵੀ ਮੇਰੇ ਵੀਰ ਇੱਥੇ ਸਾਈਪ੍ਰਸ ਆਉਣਾ ਚਾਹੁੰਦੇ ਆ ਉਹ ਸੋਚ ਸਮਝ ਕੇ ਆਉਣ, ਇੱਥੇ ਕੋਈ ਹਾਲਾਤ ਵਾਲੇ ਚੰਗੇ ਨਹੀਂ ਹੈਗੇ, ਇੱਥੇ ਸਿਰਫ ਏਜੰਟ ਖੁਦ ਆਪਣਾ ਸਹੀ ਦੇਖਦੇ ਆ ਤੁਹਾਨੂੰ ਇੱਥੇ ਬੁਲਾਉਣ ਲਈ। ਤੁਹਾਨੂੰ ਬਹੁਤ ਕੁਛ ਕਹਿੰਦੇ ਵੀ ਇੱਥੇ ਇੱਦਾਂ ਦਾ ਕੰਮ ਦਬਾ ਦਾਂਗੇ, ਇੱਦਾਂ ਦਾ ਦਬਾ ਦਾਂਗੇ, ਨਹੀਂ ਇੱਥੇ ਇੱਦਾਂ ਦਾ ਕੁਛ ਵੀ ਨਹੀਂ, ਇੱਥੇ ਸਿਰਫ ਮੁੰਡਿਆਂ ਲਈ ਫਾਰਮਾਂ ਦਾ ਕੰਮ ਆ ਜਾਂ ਘਰ ਦਾ ਕੰਮ ਆ ਅਤੇ ਜਾਂ ਬੇਕਰੀ ਦਾ ਕੰਮ ਆ। ਅਤੇ ਫਾਰਮਾਂ 'ਤੇ ਗੱਲ ਕਰੀਏ ਆਪਾਂ, ਫਾਰਮਾਂ 'ਤੇ ਕੋਈ ਬਾਹਲਾ ਵਧੀਆ ਕੰਮ ਨਹੀਂ ਹੁੰਦਾ। ਫਾਰਮ ਇੱਥੇ ਜਿਵੇਂ ਬੱਕਰੀਆਂ ਭੇਡਾਂ ਦੇ ਫਾਰਮ, ਮੁਰਗੀਆਂ ਦੇ ਫਾਰਮ, ਸੂਰਾਂ ਦੇ ਫਾਰਮ, ਸਬਜ਼ੀਆਂ ਦੇ ਫਾਰਮ, ਇੱਦਾਂ ਦੇ ਫਾਰਮ ਜਿੱਥੇ ਜਿੱਥੇ ਆਪਾਂ ਨੇ ਕੰਮ ਕਰਨਾ ਅਤੇ ਉੱਥੇ ਆਪਣੀ ਰਿਹਾਇਸ਼ ਹੁੰਦੀ ਹੈ ਵਿੱਚੀ ਫਾਰਮ ਦੇ, ਉੱਥੇ ਰਹਿਣਾ। ਅਤੇ ਉਹ ਤੋਂ ਬਾਅਦ ਆਪਾਂ ਗੱਲ ਕਰੀਏ ਸੈਲਰੀ ਦੀ, ਫਾਰਮ ਦੀ ਸੈਲਰੀ ਹੁੰਦੀ ਆ 400 ਯੂਰੋ, 450 ਅਤੇ 500 ਯੂਰੋ, ਅਤੇ ਉਦੋਂ ਬਾਅਦ ਕੋਈ ਸੈਲਰੀ ਨਹੀਂ ਹੈਗੀ। ਮਾਲਕ ਆਪਣੇ ਖਾਣਾ ਪੀਣਾ ਜਿਹੜਾ ਸਾਰਾ ਕੁਝ ਉਹ ਆਪਣੇ ਵਿੱਚੋਂ ਸੈਲਰੀ 'ਚੋਂ ਖਾਣਾ, ਕਈ ਮਾਲਕ ਦੇ ਵੀ ਦਿੰਦੇ ਆ ਅਲੱਗ 50 ਯੂਰੋ, 50 ਯੂਰੋ ਦੇ ਦਿੰਦੇ ਖਾਣ ਪੀਣ ਦੇ, ਕਈ ਦਿੰਦੇ ਵੀ ਨਹੀਂ ਹੈਗੇ, ਅਤੇ ਫਿਰ ਕਈ ਜਿਹੜੇ ਦਿੰਦੇ ਨਹੀਂ ਹੈਗੇ ਉਹ ਸਾਰਾ ਆਪਣੇ 'ਤੇ ਆ। ਅਤੇ ਉਹ ਤੋਂ ਬਾਅਦ ਕੰਮ ਦੀ ਗੱਲ ਕਰੀਏ ਕਿੰਨੇ ਘੰਟੇ ਕੰਮ ਆ, ਉੱਦਾਂ ਜੇ ਕਾਨੂੰਨ ਦੇ ਹਿਸਾਬ ਨਾਲ ਦੇਖੀਏ ਆਪਾਂ 7 ਘੰਟੇ ਕੰਮ ਕਰਨਾ ਇੱਕ ਦਿਨ 'ਚ ਇੱਥੇ ਸਾਈਪਰ 'ਚ, ਪਰ ਇੱਥੇ ਕਾਨੂੰਨ ਕੁਛ ਨਹੀਂ ਹੈਗਾ, ਸਿਰਫ ਕਾਨੂੰਨ ਆ ਜਿਹੜਾ ਉਹ ਕੰਟਰੈਕਟ ਪੇਪਰ 'ਤੇ ਆ, ਉੱਦਾਂ ਰੀਅਲ 'ਚ ਕੋਈ ਕਾਨੂੰਨ ਨਹੀਂ ਹੈਗਾ। ਫਾਰਮਾਂ ਦੇ ਕੰਮ ਜਿਹੜਾ ਲਿਆ ਜਾਂਦਾ ਮੁੰਡਿਆਂ ਤੋਂ 17-17 ਘੰਟੇ ਕੰਮ ਲਿਆ ਜਾਂਦਾ, 18 ਘੰਟੇ 20 ਘੰਟੇ ਵੀ ਕੰਮ ਕਰਦੇ ਆ ਮੁੰਡੇ ਕਈ ਜਿਹੜੇ ਫਾਰਮਾਂ 'ਤੇ ਆਇਆ। ਅਤੇ ਮੈਂ ਵੀ ਪਹਿਲਾਂ ਫਾਰਮ 'ਤੇ ਆਇਆ ਸੀ ਵੀਰੇ, ਅਤੇ ਮੇਰਾ ਕੰਮ ਵੀ ਬਹੁਤ ਟਫ ਸੀਗਾ, ਸੌਖਾ ਨਹੀਂ ਸੀ ਕੰਮ ਕੋਈ ਫਾਰਮ 'ਤੇ, ਮੈਂ ਸੂਰਾਂ ਦੇ ਫਾਰਮ 'ਤੇ ਸੀਗਾ। ਅਤੇ ਉਹ ਤੋਂ ਬਾਅਦ ਜਿਹੜਾ ਮੇਰਾ ਕੰਮ ਹੁੰਦਾ ਸੀ ਸਵੇਰੇ 6:30 ਮੋਰਨਿੰਗ ਲੱਗਦਾ ਸੀ, ਅਤੇ ਉਹ ਤੋਂ ਬਾਅਦ ਫਿਰ 1 ਵਜੇ ਛੁੱਟੀ ਹੁੰਦੀ ਸੀ ਰੋਟੀ ਖਾਣ ਵਾਸਤੇ, ਦੁਪਹਿਰੇ ਸਵੇਰ ਦੀ ਰੋਟੀ ਦੁਪਹਿਰੇ ਖਾਂਦੀ ਸੀਗੀ 1 ਵਜੇ, ਅਤੇ ਉਸ ਤੋਂ ਬਾਅਦ 2 ਘੰਟਿਆਂ ਦੀ ਰੈਸਟ ਹੁੰਦੀ ਸੀ, ਰੋਟੀ ਪਕਾ ਕੇ ਖਾਧੀ, 3 ਵਜੇ ਫਿਰ ਕੰਮ ਸ਼ੁਰੂ ਹੋ ਜਾਂਦਾ ਸੀ, 3 ਵਜੇ ਤੋਂ ਬਾਅਦ 8 ਵਜੇ ਤੱਕ ਕੰਮ, ਰਾਤ ਨੂੰ 8, 8:30 ਕਿੰਨੇ ਵੀ ਵੱਜ ਗਏ। ਹਾਂ ਜੇ ਕੋਈ ਫਾਰਮ 'ਤੇ ਪ੍ਰੋਬਲਮ ਪੈ ਜਾਂਦੀ ਫਿਰ ਰਾਤ ਨੂੰ ਵੀ ਉੱਠਣਾ ਪੈਂਦਾ ਸੀਗਾ 12 ਵਜੇ, ਅਤੇ ਉਹ ਤੋਂ ਬਾਅਦ ਕੋਈ ਛੁੱਟੀ ਨਹੀਂ ਹੈਗੀ ਮਹੀਨੇ 'ਚ ਜਾਂ ਸਾਲ 'ਚ, ਕੋਈ ਛੁੱਟੀ ਨਹੀਂ ਹੈਗੀ, ਇੱਕ ਵੀ ਛੁੱਟੀ ਨਹੀਂ ਹੈਗੀ ਫਾਰਮ ਵਾਲਿਆਂ ਨੂੰ। ਕੋਈ ਕੋਈ ਫਾਰਮਾਂ ਰੇਅਰ ਆ, ਬਹੁਤ ਰੇਅਰ ਫਾਰਮ ਆ ਜਿਨ੍ਹਾਂ ਦੀ ਛੁੱਟੀ ਮਿਲਦੀ ਹੈਗੀ ਮੁੰਡਿਆਂ ਨੂੰ ਸੰਡੇ ਦੀ ਜਾਂ ਕਿਸੇ ਹੋਰ ਦਿਨ ਦੀ, ਅਤੇ ਪਰ ਨਹੀਂ ਜਿਹੜੇ ਫਾਰਮ 'ਤੇ ਮੈਂ ਸੀਗਾ ਉਹ 'ਤੇ ਮੈਨੂੰ ਕੋਈ ਛੁੱਟੀ ਨਹੀਂ ਮਿਲੀ। ਅਤੇ ਉਹ ਤੋਂ ਬਾਅਦ ਗੱਲ ਕਰੀਏ ਆਪਾਂ ਘਰ ਦੇ ਕੰਮ ਦੀ, ਘਰ ਦੇ ਕੰਮ ਜਿਹੜੇ ਮੁੰਡੇ ਆ ਰਹੇ ਆ ਮੇਰੇ ਵੀਰ, ਅਤੇ ਜਾਂ ਜਿਹੜੀਆਂ ਮੇਰੀਆਂ ਭੈਣਾਂ ਘਰ ਦੇ ਕੰਮ 'ਤੇ ਆ ਰਹੇ ਆ, ਅਤੇ ਘਰ ਦੇ ਕੰਮ ਇੱਥੇ 2 ਤਰ੍ਹਾਂ ਦੇ ਹੁੰਦੇ ਆ, ਇੱਕ ਤਾਂ ਘਰ ਦਾ ਕੰਮ ਜਿਵੇਂ ਸਫਾਈ ਕਰਨੀ, ਝਾੜੂ ਪੋਚਾ ਲਾਉਣਾ ਇਹ, ਅਤੇ ਦੂਸਰਾ ਕੰਮ ਹੁੰਦਾ ਓਲਡ ਕੇਅਰ, ਓਲਡ ਜਿੱਦਾਂ ਜਿਹੜੀ ਓਲਡ ਏਜ ਦੇ ਬੰਦੇ ਆ ਜਾਂ ਓਲਡ ਏਜ ਦੀਆਂ ਬੁੱਢੀਆਂ, ਉਹਨਾਂ ਦੀ ਕੇਅਰ ਕਰਨੀ, ਉਹਨਾਂ ਦੇ ਨਾਲ ਰਹਿਣਾ ਪੈਣਾ, ਉਹਨਾਂ ਦਾ ਧਿਆਨ ਰੱਖਣਾ। ਅਤੇ ਜੇ ਆਪਾਂ ਇਹ ਕੰਮ ਦੀ ਗੱਲ ਕਰੀਏ ਮੁੰਡਿਆਂ ਦੀ ਵੀ, ਅਤੇ ਆਪਾਂ ਮੇਰੀਆਂ ਭੈਣਾਂ ਦੀ ਵੀ ਗੱਲ ਕਰਾਂਗੇ, ਅਤੇ ਮੁੰਡਿਆਂ ਦੀ ਸੈਲਰੀ ਹੁੰਦੀ ਹੈ 400 ਯੂਰੋ, 400, 450, ਇੰਨੀ ਇੰਨੀ ਸੈਲਰੀ ਹੁੰਦੀ, ਸੰਡੇ ਦੀ ਛੁੱਟੀ ਹੁੰਦੀ ਆ। ਅਤੇ ਕੰਮ ਤਕਰੀਬਨ ਇੰਨਾ ਔਖਾ ਨਹੀਂ ਹੁੰਦਾ, ਟਫ ਨਹੀਂ ਹੁੰਦਾ ਇੰਨਾ ਕੰਮ ਜਿੰਨਾ ਆਪਾਂ ਕਹਿ ਦਈਏ, ਇਹਦੇ ਮੁੰਡਿਆਂ ਲਈ ਅਤੇ ਮੇਰੀਆਂ ਭੈਣਾਂ ਲਈ ਵੀ ਕੰਮ ਕੋਈ ਇੰਨਾ ਔਖਾ ਨਹੀਂ ਹੈਗਾ ਇਹ। ਅਤੇ ਪਰ ਉੱਦਾਂ ਲਾ ਦੇ ਹਿਸਾਬ ਨਾਲ ਆਪਾਂ ਨੂੰ ਜਿਹੜਾ 7-7 ਘੰਟੇ ਕੰਮ ਕਰਨਾ ਆਪਾਂ ਨੇ ਹਫ਼ਤੇ 'ਚ, ਇੱਕ ਹਰ ਦਿਨ ਹਫ਼ਤੇ 'ਚ ਆਪਾਂ ਟੋਟਲ 42 ਘੰਟੇ ਕੰਮ ਕਰਨਾ, ਅਤੇ ਸੰਡੇ ਦੀ ਆਪਾਂ ਨੂੰ ਛੁੱਟੀ ਆ ਜਾਂਦੀ ਆ। ਅਤੇ ਪਰ ਇੱਥੇ ਦੇ ਮਾਲਕ ਇਹ ਨਹੀਂ ਹੈਗਾ ਵੀ ਹਾਂ 7 ਘੰਟੇ ਤੁਹਾਨੂੰ ਕੰਮ ਕੀਤਾ ਤੁਸੀਂ ਆਪਣਾ ਆਪਣੇ ਰੂਮ 'ਚ ਚਲੇ ਗਏ ਅਤੇ ਉਦੋਂ ਬਾਅਦ ਤੁਹਾਨੂੰ ਕੋਈ ਕੰਮ ਨਹੀਂ ਕਰਨਾ, ਤੁਹਾਨੂੰ ਬੁਲਾਉਣਗੇ ਨਹੀਂ, ਨਹੀਂ ਕੋਈ ਵੀ ਗੱਲ ਹੁੰਦੀ ਆ ਕੋਈ ਵੀ ਉਹਨਾਂ ਨੂੰ ਕੰਮ ਆ ਤਾਂ ਉਹ ਤੁਹਾਨੂੰ ਬੁਲਾਉਣਗੇ, ਤੁਹਾਨੂੰ ਕਹਿਣਗੇ ਆਹ ਕਰ ਆਹ ਕਰ, ਮਤਲਬ ਉਹਨਾਂ ਦੀ ਮਰਜ਼ੀ ਨਾਲ ਹੀ ਆਪਾਂ, ਜਦੋਂ ਉਹਨਾਂ ਦੀ ਮਰਜ਼ੀ ਆ ਤਾਂ ਆਪਾਂ ਸੌਂ ਸਕਦੇ ਹਾਂ, ਅਤੇ ਆਪਾਂ ਕੰਮ ਮੰਨ ਲਓ ਜਦੋਂ ਉਹ ਕਹਿ ਦੇਣ ਵੀ ਹਾਂ ਸੌਂ ਜਾ ਕੇ ਫਿਰ ਆਪਾਂ ਸੌਂ ਸਕਦੇ ਹਾਂ, ਯਾਨੀ ਉਹਨਾਂ ਦੀ ਮਰਜ਼ੀ ਨਾਲ ਹੈ, ਕੋਈ ਵੀ ਕੰਮ ਹੋ ਗਿਆ ਉਹਨਾਂ ਨੂੰ ਤਾਂ ਉਹਨਾਂ ਨੇ ਆਪਾਂ ਨੂੰ ਕਹਿਣਾ ਵੀ ਆਹ ਕੰਮ ਕਰ। ਅਤੇ ਉਹ ਤੋਂ ਬਾਅਦ ਗੱਲ ਕਰੀਏ ਆਪਾਂ ਮੇਰੀਆਂ ਭੈਣਾਂ ਦੀ, ਅਤੇ ਜਿਨ੍ਹਾਂ ਦੀ ਸੈਲਰੀ ਹੈਗੀ ਆ 300 ਯੂਰੋ, 309 ਯੂਰੋ, 310 ਯੂਰੋ,
ਹੱਦ ਇੰਨੀ ਕਾ, ਤਾਂ 320 ਯੂਰੋ ਵੀ ਦੇ ਦਿੰਦੇ ਕਈ ਮਾਲਕ। ਅਤੇ ਸੰਡੇ, ਜੇ ਸੰਡੇ ਕੰਮ ਕਰਦੀਆਂ ਤਾਂ 20 ਯੂਰੋ ਦੇ ਦਿੰਦੇ ਆ ਹਰ ਸੰਡੇ ਦੇ। ਕਈ ਮਾਲਕ ਆ, ਸਾਰੇ ਮਾਲਕ ਨਹੀਂ ਇੱਦਾਂ ਦਿੰਦੇ ਹੈਗੇ 20 ਯੂਰੋ ਸੰਡੇ ਦੇ, ਜੇ ਆਪਾਂ ਸੰਡੇ ਕੰਮ ਕਰਦੇ ਹਾਂ ਆਪਣੀ ਮਰਜ਼ੀ ਨਾਲ, ਸਾਰੇ ਨਹੀਂ ਦਿੰਦੇ ਹੈਗੇ। ਅਤੇ ਕਈ ਮਾਲਕ ਆ ਇੱਦਾਂ ਕਰਦੇ ਹੈਗੇ ਸੰਡੇ, ਜਿੱਦਾਂ ਆਪਾਂ ਉਹਨਾਂ ਨੂੰ ਕੰਮ, ਉਹਨਾਂ ਦੇ ਘਰ ਕੋਈ ਪਾਰਟੀ ਆ ਤਾਂ ਉਹਨਾਂ ਨੇ ਸੰਡੇ ਨੂੰ ਤੁਹਾਨੂੰ ਜਾਣ ਨਹੀਂ ਦੇਣਾ, ਅਤੇ ਤੁਹਾਨੂੰ ਕਹਿਣਗੇ ਵੀ ਕਿਸੇ ਹੋਰ ਦਿਨ ਦੀ ਛੁੱਟੀ ਕਰ ਲਾ। ਅਤੇ ਹੋਰ ਦਿਨ ਦੀ ਛੁੱਟੀ ਕਰਕੇ ਮੇਰੀਆਂ ਭੈਣਾਂ ਨੇ ਕੀ ਕਰਨਾ, ਕਿਉਂਕਿ ਜਿਹੜੀ ਉਹਦੇ ਫਰੈਂਡ ਸਰਕਲ ਆ ਸਾਰਾ, ਉਹ ਸੰਡੇ ਨੂੰ ਆਉਣਾ, ਸੰਡੇ ਨੂੰ ਇਕੱਠੇ ਹੋਣਾ ਸਾਰਿਆਂ ਨੇ, ਅਤੇ ਹੋਰ ਸਾਰਿਆਂ ਨੂੰ ਸੰਡੇ ਨੂੰ ਛੁੱਟੀ ਹੋਊਗੀ, ਤੁਸੀਂ ਕਿਸੇ ਹੋਰ ਦਿਨ ਦੀ ਛੁੱਟੀ ਲੈ ਕੇ ਕੀ ਕਰਨਾ। ਅਤੇ ਇੱਥੇ ਪਾਰਕ ਆ ਗਿਆ ਜਿੱਦਾਂ ਨਿਕੋਸ਼ੀਆ ਸਕੇਅਰ, ਅਤੇ ਨਾਲ ਹੀ ਪਾਰਕ ਆ, ਉੱਥੇ ਸਾਰੇ ਪੰਜਾਬੀ ਆ ਜਿੰਨੇ ਇੰਡੀਅਨ ਆ ਜਾਂ ਹੋਰ ਵੀ ਕੰਟਰੀਆਂ ਦੇ, ਸਾਰੇ ਉੱਥੇ ਇਕੱਠੇ ਹੁੰਦੇ ਆ ਸੰਡੇ ਨੂੰ। ਅਤੇ ਫਿਰ ਆਪਾਂ ਹੋਰ ਦਿਨ ਦੀ ਛੁੱਟੀ ਲੈ ਕੇ ਕੀ ਕਰਨਾ। ਅਤੇ ਉਹ ਤੋਂ ਬਾਅਦ ਗੱਲ ਕਰੀਏ ਆਪਾਂ, ਜਿੰਨੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਏਜੰਟ ਕਹਿ ਦਿੰਦੇ ਆ ਵੀ ਸਾਈਪ੍ਰਸ ਆ ਜਾਓ ਤੁਸੀਂ, ਤੁਹਾਡਾ ਇੱਥੋਂ ਕੈਨੇਡਾ ਦਾ ਬਣ ਜੂਗਾ ਵਰਕ ਪਰਮਿਟ, ਤੁਹਾਨੂੰ ਕੈਨੇਡਾ ਦਾ ਦਬਾ ਦਾਂਗੇ ਸਾਲ ਬਾਅਦ ਜਾਂ 1.5 ਸਾਲ 2 ਸਾਲ ਬਾਅਦ, ਇੱਦਾਂ ਦਾ ਕੁਛ ਨਹੀਂ। ਮੇਰੀ ਇਨਫੋਰਮੇਸ਼ਨ ਦੇ ਹਿਸਾਬ ਨਾਲ, ਜੋ ਮੈਂ ਇਨਫੋਰਮੇਸ਼ਨ ਇਕੱਠੀ ਕੀਤੀ ਇੱਥੇ ਸਰਚ ਕੀਤੀ ਆ, ਇੱਦਾਂ ਦਾ ਕੁਛ ਨਹੀਂ ਹੈਗਾ। ਅਤੇ ਤੁਸੀਂ ਆ ਜਾਂਦੇ ਹੋ ਇੱਥੇ। ਹਾਂ, ਜਿਹੜੀਆਂ ਮੇਰੀਆਂ ਭੈਣਾਂ ਦੀ ਕੋਈ ਫੈਮਿਲੀ ਆ ਕੈਨੇਡਾ 'ਚ ਜਾਂ ਕੋਈ ਉਹਨਾਂ ਦਾ ਰਿਸ਼ਤੇਦਾਰ ਆ, ਜੋ ਇਹਨਾਂ ਨੂੰ ਇਹ ਵਾਅਦਾ ਕਰਦਾ ਵੀ ਹਾਂ ਤੁਸੀਂ ਸਾਈਪ੍ਰਸ ਜਾਓ ਘਰ ਦੇ ਕੰਮ 'ਤੇ, ਵੀ ਹਾਂ ਤੁਹਾਨੂੰ ਅਸੀਂ ਸਪੌਂਸਰ ਭੇਜਾਂਗੇ ਇੱਥੇ ਕੈਨੇਡਾ, ਤੁਹਾਡੇ ਲਈ ਫੈਮਿਲੀ ਲੱਭਾਂਗੇ ਅਤੇ ਤੁਹਾਨੂੰ ਇੱਥੇ ਬੁਲਾ ਲਾਂਗੇ, ਉਹਨਾਂ ਲਈ ਬਹੁਤ ਵਧੀਆ ਚਾਂਸ ਨੇ, ਬਹੁਤ ਚਾਂਸ ਨੇ ਇੱਥੋਂ ਜਾਣ ਦੇ, ਉਹ ਜਾ ਸਕਦੀਆਂ ਸਾਲ ਬਾਅਦ, ਉਹਨਾਂ ਲਈ ਕੋਈ ਪ੍ਰੋਬਲਮ ਨਹੀਂ, ਉਹਨਾਂ ਲਈ ਤਾਂ ਬਹੁਤ ਈਜ਼ੀ ਆ। ਅਤੇ ਜਿਨ੍ਹਾਂ ਦੀ ਕੋਈ ਫੈਮਿਲੀ ਨਹੀਂ ਹੈਗੀ ਇੱਥੇ ਕੈਨੇਡਾ 'ਚ, ਫੈਮਿਲੀ ਨਹੀਂ ਹੈਗੀ ਉਹਨਾਂ ਲਈ ਇੱਥੇ ਬਹੁਤ ਔਖਾ, ਡਿਫੀਕਲਟ ਹੈ, ਇੱਥੇ ਇੱਥੇ ਜੋਗੀ ਰਹਿ ਜਾਣਾ ਉਹਨਾਂ ਨੇ ਆ ਕੇ। ਅਤੇ ਕੰਮ ਦਾ ਹਾਲਾਤ ਇੱਥੇ ਬੜਾ ਔਖਾ, ਮੁੰਡਿਆਂ ਦੇ ਕੰਮ ਤਾਂ ਬਹੁਤ ਔਖਾ, ਮੁੰਡਿਆਂ ਨੇ ਕੰਮ ਛੱਡਤਾ ਜੀ, ਕੰਮ ਨਹੀਂ ਮਿਲਦਾ ਛੇਤੀ, ਅਤੇ ਮੇਰੀਆਂ ਭੈਣਾਂ ਲਈ ਕੰਮ ਹੈਗਾ ਮਿਲ ਜਾਂਦਾ। ਚਲੋ ਜਦੋਂ ਕੰਮ ਛੱਡ ਦਿੰਦੀਆਂ ਮੇਰੀਆਂ ਭੈਣਾਂ, ਤਾਂ ਉਦੋਂ ਬਾਅਦ ਹੋਰ ਕੰਮ ਉਹਨਾਂ ਨੂੰ ਮਿਲ ਜਾਂਦਾ ਈਜ਼ਲੀ, ਅਤੇ ਫਿਰ ਤੁਰ ਕੇ ਕੰਮ ਮਿਲ ਜਾਂਦਾ। ਅਤੇ ਉਹ ਤੋਂ ਬਾਅਦ ਆਪਾਂ ਗੱਲ ਕਰੀਏ ਮੇਰੇ ਵੀਰਾਂ ਦੀ, ਜਿਨ੍ਹਾਂ ਨੂੰ ਫਾਰਮ 'ਤੇ ਕੋਈ ਕਹਿੰਦਾ ਵੀ ਤੂੰ ਫਾਰਮ 'ਤੇ ਆ, ਤੈਨੂੰ ਮੈਂ ਕੈਨੇਡਾ ਛੱਡ ਭੇਜ ਦੂੰਗਾ, ਇੱਥੋਂ ਕੈਨੇਡਾ ਚੱਲ ਜਾਂਗੇ ਆਪਾਂ। ਪਹਿਲੀ ਗੱਲ ਤਾਂ ਇਹ ਪੁਆਇੰਟ, ਇੱਥੇ ਜਿਹੜਾ ਇਨਸਾਨ ਤੁਹਾਨੂੰ ਇੱਥੇ ਸੱਦ ਰਿਹਾ ਉਹ ਖੁਦ ਹੀ ਏਜੰਟ ਆ, ਇੱਥੇ ਹਰੇਕ ਏਜੰਟ ਬਣਿਆ ਤੁਰਿਆ ਫਿਰਦਾ, ਹਰੇਕ ਏਜੰਟ ਆ ਜਿਹੜਾ ਤੁਹਾਨੂੰ ਸੱਦ ਰਿਹਾ, ਉਹ ਮਨ ਸਮਝ ਲਓ ਉਹੀ ਤੋਂ ਪੈਸੇ ਖਾ ਰਿਹਾ ਹੈਗਾ। ਪਹਿਲੀ ਗੱਲ ਤਾਂ 50,000 ਲਾ ਲਓ, ਲੱਖ ਲਾ ਲਓ, ਕਿੰਨੇ ਵੀ ਲਾ ਲਓ, ਜਿੱਦਾਂ ਉਹਨੇ ਹੁਣ ਅੱਗੇ ਕਿਸੇ ਹੋਰ ਏਜੰਟ ਨਾਲ ਗੱਲ ਕਰੀ ਆ 6 ਲੱਖ ਰੁਪਏ 'ਚ, ਠੀਕ ਆ, ਤਾਂ ਤੁਹਾਨੂੰ ਉਹਨੇ ਕਹਿਤਾ 7 ਲੱਖ ਰੁਪਇਆ ਲੱਗੂ, ਤਾਂ 1 ਲੱਖ ਰੁਪਇਆ ਉਹਨੇ ਖੁਦ ਹੀ ਰੱਖ ਲੈਣਾ, ਇੱਦਾਂ ਦਾ ਕੁਛ ਇੱਥੇ ਚੱਲ ਰਿਹਾ। ਅਤੇ ਇੱਦਾਂ ਦਾ ਵੀਰੇ ਕੁਛ ਵੀ ਨਹੀਂ, ਫਾਰਮ ਦੇ ਵੀਜ਼ੇ 'ਤੇ ਜਿਹੜਾ ਆ ਰਿਹਾ ਉਹ ਫਾਰਮ 'ਤੇ ਕੰਮ ਕਰੂਗਾ, ਜੇ ਉਹ ਕੰਮ ਛੱਡੂਗਾ ਵੀ ਤਾਂ ਰਿਲੀਜ਼ ਹੁੰਦੀ ਆ, ਉਰੇ ਰਿਲੀਜ਼ ਲੈਟਰ ਹੁੰਦਾ ਇੱਕ, ਉਹਦੇ ਆਪਾਂ ਰਿਲੀਜ਼ 'ਤੇ ਸਾਈਨ ਕਰਨੇ ਆ ਦੋਨੇ ਪਾਰਟੀਆਂ ਨੇ, ਮਾਲਕ ਵੀ ਆਪਣਾ ਸਾਈਨ ਕਰੂਗਾ ਅਤੇ ਆਪਾਂ ਵੀ ਸਾਈਨ ਕਰਾਂਗੇ, ਅਤੇ ਉਹਦੇ ਆਪਾਂ ਸਾਈਨ ਕਰਤੇ ਤਾਂ ਉਹਦਾ ਮਤਲਬ ਇਹ ਹੁੰਦਾ ਵੀ ਆਪਾਂ ਸਾਰਾ ਸਾਡਾ ਹਿਸਾਬ ਕਿਤਾਬ ਆ ਜਿਹੜਾ ਉਹ ਕਲੀਅਰ ਆ, ਅਸੀਂ ਕਿਸੇ ਦਾ ਪੈਸਾ ਲੈਣਾ ਨਹੀਂ ਹੈਗਾ, ਇੱਕ ਦੂਜੇ ਤੋਂ ਪੈਸਾ ਲੈਣਾ ਦੇਣਾ ਨਹੀਂ ਹੈਗਾ, ਸਾਡਾ ਕਲੀਅਰ ਆ। ਅਤੇ ਉਹ ਤੋਂ ਬਾਅਦ ਰਿਲੀਜ਼ ਜਦੋਂ ਆਪਾਂ ਲੈ ਲਈ, ਆਪਣੇ ਕੋਲ 30 ਦਿਨਾਂ ਦਾ ਟਾਈਮ ਆ, ਆਪਾਂ ਕੰਮ ਲੱਭ ਕੇ ਅੱਗੇ ਚੱਲ ਜਾਈਏ ਅਤੇ ਉਹਦੇ ਵੀਜ਼ਾ ਲਵਾ ਲਈਏ ਆਪਾਂ, ਜੇ ਆਪਣਾ ਵੀਜ਼ਾ ਨਹੀਂ ਲੱਗਦਾ ਤਾਂ ਆਪਾਂ ਇਲੀਗਲ ਹੋ ਜਾਣਾ, ਜਿਹੜਾ ਆਪਣਾ ਪੁਰਾਣਾ ਵੀਜ਼ਾ ਹੁੰਦਾ ਜਿਹੜੇ 'ਤੇ ਆਪਾਂ ਆਉਂਦੇ ਹਾਂ, ਜਿਹੜੇ ਜਿਹੜੇ ਫਾਰਮ 'ਤੇ ਆਪਾਂ ਰਹਾਂਗੇ ਜਾਂ ਵੀਜ਼ੇ 'ਤੇ ਆ, ਅਤੇ ਉਹ ਆਪਣਾ ਵੀਜ਼ਾ ਐਕਸਪਾਇਰ ਹੋ ਜਾਂਦਾ, ਖਤਮ ਹੋ ਜਾਂਦਾ ਉਹ, ਆਪਾਂ ਨੂੰ ਅੱਗੇ ਵੀਜ਼ਾ ਚਾਹੀਦਾ ਉਰੇ ਰਹਿਣ ਵਾਸਤੇ। ਜਦੋਂ ਆਪਣਾ ਅਜੇ ਬਾਈ ਦਾ ਵੇ ਆਪਾਂ ਇਲੀਗਲ ਹੋ ਗਏ, ਆਪਾਂ ਨੂੰ ਕੰਮ ਨਹੀਂ ਮਿਲਿਆ 30 ਦਿਨਾਂ ਦੇ ਵਿੱਚ ਵਿੱਚ, ਤਾਂ ਆਪਾਂ ਇਲੀਗਲ ਹੋ ਗਏ ਇੱਥੇ, ਅਤੇ ਆਪਾਂ ਜੇ ਪੁਲਿਸ ਦੇ ਹੱਥ ਆ ਗਏ ਤਾਂ ਆਪਾਂ ਨੂੰ ਪੁਲਿਸ ਨੇ ਚੱਕ ਕੇ ਇੰਡੀਆ ਭੇਜ ਦੇਣਾ, ਡਿਪੋਰਟ ਕਰ ਦੇਣਾ। ਅਤੇ ਉਹ ਤੋਂ ਬਾਅਦ ਗੱਲ ਕਰੀਏ, ਮੈਨੂੰ ਫੋਨ ਆਇਆ ਸੀਗਾ ਕਿਸੇ ਵੀਰ ਦਾ ਗਰੁੱਪ 'ਚੋਂ, ਅਤੇ ਉਹ ਮੈਨੂੰ ਦੱਸਦਾ ਸੀ ਕਿ ਮੇਰਾ ਕਹਿੰਦਾ ਕੋਈ ਫਰੈਂਡ ਹੈਗਾ ਇੱਥੇ ਸਾਈਪ੍ਰਸ 'ਚ, ਅਤੇ ਕਹਿੰਦਾ ਮੈਨੂੰ ਉਹ ਕਹਿ ਰਿਹਾ ਵੀ ਤੂੰ ਸਾਈਪ੍ਰਸ ਆ ਜਾ, ਮੈਨੂੰ ਇੱਥੇ 7 ਮਹੀਨੇ ਹੋਏ, ਜਦੋਂ ਸਾਲ ਪੂਰਾ ਹੋ ਗਿਆ ਮੈਂ NOC ਲੈ ਕੇ ਕੈਨੇਡਾ ਚੱਲ ਜੂੰਗਾ। ਅਤੇ ਮੈਂ ਉਹ ਵੀਰ ਨੂੰ ਕਿਹਾ ਵੀ ਇੱਦਾਂ ਦੀ ਕੋਈ ਗੱਲ ਮੈਨੇ ਅਜੇ ਤੱਕ ਸੁਣੀ ਨਹੀਂ ਹੈਗੀ, ਅਤੇ ਨਾ ਦੇਖੀ ਆ, ਅਤੇ ਨਾ ਹੀ ਕੋਈ ਮੈਨੂੰ ਲੱਗਦਾ ਵੀ ਇੱਦਾਂ ਦਾ ਕੁਛ ਹੋ ਜੂਗਾ। ਅਤੇ ਜੇ ਕੋਈ ਇੱਦਾਂ ਦਾ ਵੀਰ ਹੈਗਾ ਮੇਰਾ ਜਿਹੜਾ ਕਹਿੰਦਾ ਵੀ NOC ਲੈ ਕੇ ਮੈਂ ਚੱਲ ਜੂੰਗਾ ਕੈਨੇਡਾ, ਉਹ ਵੀਰ ਮੈਨੂੰ ਵੀ ਦੱਸ ਦੇਵੇ ਵੀ ਕਿੱਦਾਂ ਜਾਣਾ ਕੈਨੇਡਾ, ਅਤੇ ਮੈਂ ਵੀ ਜਾਣਾ ਚਾਹੁੰਦਾ ਕੈਨੇਡਾ। ਅਤੇ ਮੈਂ ਉਹ ਵੀਰ ਨੂੰ ਕਿਹਾ ਵੀ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਜੇ ਤੈਨੂੰ ਇੱਦਾਂ ਕਹਿ ਰਿਹਾ, ਅਤੇ ਇੱਥੋਂ ਦੇ ਮਾਲਕ ਇੰਨੇ ਵੀ ਚੰਗੇ ਨਹੀਂ ਹੈਗੇ ਕਿ ਤੁਸੀਂ ਉਹਨੂੰ ਕਹੋਗੇ ਵੀ ਕੈਨੇਡਾ ਜਾਣਾ ਮੈਂ, ਵੀ ਤੂੰ ਮੈਨੂੰ NOC ਦੇ, ਇੰਨਾ NOC 'ਤੇ ਮੈਂ ਸ਼ਬਦ ਨਹੀਂ ਸੁਣਿਆ ਕੋਈ, ਸਾਈਪ੍ਰਸ NOC ਨਾਂ ਦਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ
ਨੋ ਓਬਜੈਕਸ਼ਨ ਸਰਟੀਫਿਕੇਟ, ਇੱਦਾਂ ਦਾ ਕੋਈ ਸ਼ਬਦ ਨਹੀਂ ਇੱਥੇ, ਸ਼ਬਦ ਨਹੀਂ ਹੈਗਾ ਐਨ ਓ ਸੀ ਦਾ, ਉਹ ਗਲਫ 'ਚ ਚੱਲਦੀ ਹੈ ਐਨ ਓ ਸੀ, ਇੱਥੇ ਨਹੀਂ ਹੈਗੀ ਕੋਈ ਸਾਈਪ੍ਰਸ 'ਚ। ਅਤੇ ਉਹ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਇੱਥੇ ਆਉਣ ਦੀ, ਇੱਦਾਂ ਨਾ ਉਹ ਕਿਸੇ ਦੀਆਂ ਗੱਲਾਂ 'ਚ ਆ ਕੇ, ਇੱਥੇ ਸਾਈਪ੍ਰਸ 'ਚ ਕੋਈ ਫਾਇਦਾ ਨਹੀਂ ਆਉਣ ਦਾ ਕਿਸੇ ਦੀਆਂ ਗੱਲਾਂ 'ਚ ਆ ਕੇ। ਫਾਰਮ ਦੇ ਵੀਜ਼ੇ 'ਤੇ ਉਹ ਵੀਰ ਕਹਿੰਦਾ ਸੀ ਐਨ ਓ ਸੀ ਲੈ ਕੇ ਚੱਲ ਜਾਂਗੇ ਕੈਨੇਡਾ, ਅਤੇ ਕੈਨੇਡਾ 'ਚ ਵੀ ਫਾਰਮ ਦੇ ਵੀਜ਼ੇ 'ਤੇ ਜਾਓਗੇ ਤਾਂ ਹਰਨੇਕ ਭਾਜੀ ਨੇ ਵੀਡੀਓ 'ਚ ਦੱਸਿਆ ਸਭ ਨੂੰ ਕਿ ਫਾਰਮ ਦੇ ਵੀਜ਼ੇ 'ਤੇ ਜੋ ਇਨਸਾਨ ਆਉਂਦਾ ਕੈਨੇਡਾ ਉਹ PR ਨਹੀਂ ਅਪਲਾਈ ਕਰ ਸਕਦਾ, ਅਤੇ ਫਿਰ ਫਾਇਦਾ ਕੀ ਜਾਣ ਦਾ। ਅਤੇ ਉਹ ਤੋਂ ਬਾਅਦ ਗੱਲ ਕਰੀਏ ਆਪਾਂ ਸਟੂਡੈਂਟ ਦੀ, ਅਤੇ ਵੀਰ ਸਟੂਡੈਂਟ ਜਿਹੜੇ ਆਉਂਦੇ ਆ ਉਹਨਾਂ ਦੇ ਪੈਸੇ ਲੱਗਦੇ ਆ ਇੱਥੇ ਤਕਰੀਬਨ 4 ਲੱਖ ਰੁਪਏ ਤੱਕ ਲੱਗ ਜਾਂਦਾ ਸਟੂਡੈਂਟ ਦਾ। ਅਤੇ ਆਪਾਂ ਜੇ ਗੱਲ ਕਰੀਏ ਮੁੰਡਿਆਂ ਦੀ, ਵਰਕ ਪਰਮਿਟ 'ਤੇ ਆਉਂਦੇ ਆ ਜਿਹੜੇ, ਜਾਂ ਫਾਰਮ ਦਾ ਵੀਜ਼ਾ, ਘਰ ਦਾ ਵੀਜ਼ਾ, ਅਤੇ ਜ਼ਿਆਦਾਤਰ ਇੱਥੇ ਕੀ ਹੁੰਦਾ ਨਾ ਜਿਹੜੇ ਏਜੰਟ ਆ ਉਹ ਆਪਾਂ ਨੂੰ ਕਿਵੇਂ ਖਾਂਦੇ ਆ, ਅਤੇ ਜਿਹੜਾ ਆਪਣਾ ਸਾਰਾ ਖਰਚਾ ਹੁੰਦਾ ਉਹ ਮਾਲਕ ਕਰਦੇ ਆ। ਜਿੱਦਾਂ ਜਿਹੜਾ ਘਰ ਦੇ ਵੀਜ਼ੇ 'ਤੇ ਆ ਰਿਹਾ, ਜਿੱਦਾਂ ਮੰਨ ਲਾ ਘਰ ਦੇ ਵੀਜ਼ੇ 'ਤੇ ਕਿਸੇ ਨੂੰ ਘਰ ਕੰਮ ਕਰਨ ਲਈ ਚਾਹੀਦਾ, ਕੋਈ ਮੁੰਡਾ ਜਾਂ ਕੁੜੀ ਚਾਹੀਦੀ ਹੈ ਕੋਈ ਕੰਮ ਕਰਨ ਲਈ, ਅਤੇ ਉਹ ਜਿਹੜਾ ਖਰਚਾ ਉਹਨਾਂ ਦਾ ਸਾਰਾ ਪੇਪਰਾਂ ਦਾ ਖਰਚਾ ਉਹ ਸਾਰੇ ਮਾਲਕ ਕਰਦੇ ਆ। ਬੈਂਕ ਗਰੰਟੀ ਹੁੰਦੀ ਆ ਉਹਦੇ 800 ਕੁਛ, 850 ਯੂਰੋ ਦੀ, ਉਹ ਸਾਰੇ ਮਾਲਕ ਪੇ ਕਰਦੇ ਆ। ਅਤੇ ਇੱਦਾਂ ਜੋ ਵੀ ਜੋ ਹੁੰਦਾ ਉਹ ਮਾਲਕ ਪੇ ਕਰਦੇ ਆ। ਅਤੇ ਏਜੰਟ ਆਪਾਂ ਨੂੰ ਕਹਿੰਦੇ ਵੀ ਤੇਰੀ ਬੈਂਕ ਗਰੰਟੀ ਕਰਨੀ, ਅਸੀਂ ਆਹ ਕਰਨਾ, ਸਾਨੂੰ ਪੈਸੇ ਦੇ, ਉਹ ਸਾਰੇ ਪੈਸੇ ਉਹ ਖੁਦ ਆਪਣੇ ਅਕਾਊਂਟ 'ਚ ਪਾਉਂਦੇ ਹੈਗੇ, ਉਹ ਕੋਈ ਪੈਸਾ ਨਹੀਂ ਲੱਗਦਾ ਹੈਗਾ। ਅਤੇ ਕਈ ਮਾਲਕ ਇੱਦਾਂ ਦੇ ਹੁੰਦੇ ਆ, ਜੇ ਕਈ ਮਾਲਕ ਥੋੜ੍ਹੇ ਜਿਹੇ ਹੁੰਦੇ ਆ ਵੀ ਹਾਂ ਚੱਲ ਸਾਨੂੰ ਚਾਹੀਦਾ ਵੀ ਇੱਦਾਂ ਕੁਛ ਕੁ ਪੈਸੇ ਵੀ ਜਿਹੜਾ ਆ ਰਿਹਾ ਉਹ ਖਰਚ ਕਰ ਦੇ, ਕੁਛ ਕੁ ਅਸੀਂ ਕਰ ਦਈਏ। ਜਿੱਦਾਂ ਉਹ ਜ਼ਿਆਦਾ ਤੋਂ ਜ਼ਿਆਦਾ ਕਹਿ ਦਿੰਦੇ ਆ ਵੀ 1000 ਯੂਰੋ ਬੈਂਕ ਗਰੰਟੀ ਵੀ ਭਰ ਦੇ ਜਿਹੜਾ ਇਨਸਾਨ ਇੱਥੇ ਆ ਰਿਹਾ, ਜਾਂ ਜਿਹੜਾ ਮੇਰੀ ਭੈਣ ਜਾਂ ਜਿਹੜੀ ਮੇਰਾ ਵੀਰ ਇੱਥੇ ਘਰ ਦੇ ਕੰਮ 'ਤੇ ਆ ਰਿਹਾ ਵੀ 1000 ਬੈਂਕ ਗਰੰਟੀ ਇਕੱਲੀ ਉਹ ਭਰ ਦੇ, 800 ਮੰਨ ਲਓ, 800 850 ਯੂਰੋ, 1000 ਯੂਰੋ ਵੀ ਉਹ ਦੇ ਦੇ, ਅਤੇ ਬਾਕੀ ਖਰਚਾ ਅਸੀਂ ਕਰ ਦਾਂਗੇ, ਟਿਕਟ ਅਸੀਂ ਆਪ ਕਰਾ ਦਾਂਗੇ। ਅਤੇ ਇਹ ਚੀਜ਼ ਦਾ ਫਾਇਦਾ ਉਠਾਉਂਦੇ ਆ ਏਜੰਟ, ਅਤੇ ਉਹ ਆਪਾਂ ਨੂੰ ਕਹਿ ਦਿੰਦੇ ਆ ਵੀ ਤੇਰੀ ਬੈਂਕ ਗਰੰਟੀ ਕਰਨੀ ਹੈ ਸਾਨੂੰ 800 ਯੂਰੋ ਦੇ, ਉਹ ਆਪਣੇ ਖਾਤੇ 'ਚ ਜਾਂਦੇ ਆ ਪੈਸੇ ਉਹਨਾਂ ਦੇ 'ਚ ਸਾਰੇ। ਅਤੇ ਇਸ ਲਈ ਬਚੋ, ਜਿਹੜੀਆਂ ਵੀ ਮੇਰੀਆਂ ਭੈਣਾਂ ਆਉਣਾ ਚਾਹੁੰਦੀਆਂ ਇੱਥੇ, ਜੇ ਜਿਹੜੀਆਂ ਮੇਰੀਆਂ ਭੈਣਾਂ ਸਪੋਜ਼ ਕਰੋ 1 ਲੱਖ ਰੁਪਏ ਤੱਕ ਇੱਥੇ ਸਾਈਪਰ 'ਚ ਆ ਰਹੀ ਆ, ਉਹ ਬਿਲਕੁਲ ਸਹੀ ਆ, ਉਹ ਕੋਈ ਨਜਾਇਜ਼ ਨਹੀਂ ਹੈਗਾ, ਉਹ ਜਾਇਜ਼ ਆ ਬਿਲਕੁਲ। 1 ਲੱਖ ਰੁਪਏ ਤੱਕ ਲੱਗ ਜਾਂਦਾ, ਮੰਨ ਲਓ ਕਿੱਦਾਂ ਵੀ, ਚਾਹੇ ਖਾਧੇ ਆ ਕਿਸੇ ਨੇ ਚਾਹੇ ਨਹੀਂ ਵੀ ਖਾਧੇ, 1 ਲੱਖ ਰੁਪਏ ਤੱਕ ਜਾਇਜ਼ ਆ, ਆਪਾਂ ਨੂੰ ਵੀ ਦੇਣੇ ਸੌਖੇ ਆ ਪੈਸੇ 1 ਲੱਖ ਰੁਪਏ ਤੱਕ। ਕਈ ਭੈਣਾਂ ਮੇਰੀਆਂ 3 ਲੱਖ ਲਾ ਕੇ ਆਉਂਦੀ ਆ, ਕੋਈ ਕੋਈ 2 ਲੱਖ, ਕੋਈ 2.5 ਲੱਖ, ਕਿੱਦਾਂ ਇੱਦਾਂ, ਉਹ ਬਹੁਤ ਗਲਤ ਗੱਲਾਂ। ਅਤੇ ਉਹ ਤੋਂ ਬਾਅਦ ਗੱਲ ਕਰੀਏ ਆਪਾਂ ਮੇਰੇ ਵੀਰਾਂ ਦੀ, ਉਹਨਾਂ ਦੇ ਪੈਸਿਆਂ ਦੀ ਗੱਲ ਕਰੀਏ, ਉਹਨਾਂ ਦੇ ਪੈਸੇ ਲੱਗਦੇ ਆ ਇੱਥੇ, ਮੰਨ ਲਓ ਕਈ ਇੱਥੇ ਮਾਲਕ ਆ ਜ਼ਿਆਦਾਤਰ ਉਹ ਲੈਂਦੇ ਆ, ਜਿੱਦਾਂ ਆਪਾਂ ਮੰਨ ਲਓ ਕਿਸੇ ਵੀ ਫਾਰਮ 'ਤੇ ਕੋਈ ਬੰਦਾ ਲਾਉਣਾ, ਉਹ ਮਾਲਕ ਕਹਿੰਦੇ ਵੀ ਸਾਨੂੰ 2000 ਯੂਰੋ ਦੇ ਦਿਓ, 2500 ਯੂਰੋ ਦੇ ਦਿਓ, 3000 ਯੂਰੋ ਦੇ ਦਿਓ, 3500 ਯੂਰੋ ਦੇ ਦਿਓ। 3500 ਯੂਰੋ ਤੋਂ ਵੱਧ ਕੋਈ ਮਾਲਕ ਲੈਂਦਾ ਨਹੀਂ ਹੈਗਾ। ਅਤੇ ਮੰਨ ਲਓ 3500 ਯੂਰੋ ਦਾ ਬਣਿਆ ਤਕਰੀਬਨ 35 ਲੱਖ, 2,35,000 ਬਣਿਆ। ਅਤੇ ਉਹ ਤੋਂ ਮੰਨ ਲਓ ਲਾ ਲਓ ਹੋਰ ਪੇਪਰਾਂ ਦਾ ਖਰਚਾ ਲਾ ਲਓ, 50,000 ਹੋਰ ਖਰਚਾ ਲਾ ਲਓ, ਅਤੇ ਮੰਨ ਲਓ 3 ਲੱਖ ਰੁਪਿਆ ਆਪਣਾ ਫਾਰਮ ਦੇ ਵੀਜ਼ੇ 'ਤੇ ਜੇ ਬੰਦਾ ਕੋਈ ਇੱਥੇ ਆਉਂਦਾ, ਉਹ ਬਿਲਕੁਲ ਸਹੀ ਆ, ਉਹ ਤੋਂ ਵੱਧ ਆ ਤਾਂ ਉਹ ਨਜਾਇਜ਼ ਆ ਬਿਲਕੁਲ। ਅਤੇ ਸਟੂਡੈਂਟਾਂ ਦੀ ਗੱਲ ਕਰ ਰਹੇ ਸੀ ਆਪਾਂ, ਅਤੇ ਸਟੂਡੈਂਟ ਜਿਹੜੇ ਵੀ ਮੇਰੇ ਵੀਰ ਇੱਥੇ ਆਉਣਾ ਚਾਹੁੰਦੇ ਆ ਉਹ ਇਹ ਗੱਲ ਨੋਟ ਕਰ ਲੈਣ। ਅਤੇ ਇੱਥੇ ਜਿਹੜੇ ਜਿੰਨੇ ਵੀ ਕਾਲਜ ਆ, ਕਿਸੇ ਵੀ ਕਾਲਜ 'ਚ ਇਹ ਨਹੀਂ ਰੂਲ ਹੈਗਾ ਵੀ ਤੁਸੀਂ ਸਟੂਡੈਂਟ ਵੀਜ਼ੇ 'ਤੇ ਕੰਮ ਕਰ ਸਕਦੇ ਹੋ। ਅਤੇ ਜਿੱਦਣੇ ਤੁਸੀਂ ਇੱਥੇ ਆ ਗਏ ਤਾਂ ਤੁਹਾਨੂੰ 2000 ਯੂਰੋ ਨਾਲ ਲੈ ਕੇ ਆਉਣਾ ਪੈਣਾ ਇੰਡੀਆ ਤੋਂ, ਅਤੇ ਏਅਰਪੋਰਟ 'ਤੇ ਐਂਟਰੀ ਹੈ ਨਹੀਂ 200 2000 ਯੂਰੋ ਤੋਂ ਬਿਨਾਂ। ਅਤੇ ਜਦੋਂ ਤੁਸੀਂ ਆ ਗਏ ਸਾਰਾ ਰੋਟੀ ਪਾਣੀ ਦਾ ਖਰਚਾ ਤੁਹਾਡਾ, ਅਤੇ ਅਕੋਮੋਡੇਸ਼ਨ ਤੁਹਾਡੀ ਆ, ਰਹਿਣਾ ਸਹਿਣਾ ਆਪੇ, ਤੁਸੀਂ ਰੂਮ ਲੱਭਣਾ ਆਪੇ, ਘਰ ਲੱਭਣਾ ਆਪੇ, ਰਹਿਣਾ ਆਪੇ, ਖਾਣਾ ਪੀਣਾ ਠੀਕ ਆ। ਅਤੇ ਹੋਰ ਗੱਲ ਆ ਜਿਹੜੀ ਸਟੂਡੈਂਟ ਦੀ, ਇੱਥੇ ਸਟੂਡੈਂਟ ਨੂੰ ਕੰਮ ਨਹੀਂ ਅਲਾਊਡ ਹੈਗਾ, ਅਤੇ ਤੁਹਾਨੂੰ ਏਜੰਟ ਕਹਿ ਦਿੰਦੇ ਆ ਵੀ ਜਾ ਕੇ ਤੂੰ ਉੱਥੇ ਕੰਮ ਕਰ ਲਈ, ਤੈਨੂੰ ਕੰਮ ਮਿਲ ਜੂ, ਅਤੇ ਇੱਥੇ ਕੰਮ ਮਿਲ ਜੂ। ਨਹੀਂ ਇੱਦਾਂ ਦਾ ਕੁਛ ਨਹੀਂ ਹੈਗਾ ਵੀਰੇ, ਇੱਥੇ ਅਲਾਊਡ ਨਹੀਂ ਹੈਗਾ ਕੰਮ ਸਟੂਡੈਂਟ ਨੂੰ, ਜਿਵੇਂ ਕੈਨੇਡਾ 'ਚ ਆਸਟ੍ਰੇਲੀਆ 'ਚ ਕੰਮ ਅਲਾਊਡ ਆ ਸਟੂਡੈਂਟ ਨੂੰ 20 ਘੰਟੇ, ਆਸਟ੍ਰੇਲੀਆ 'ਚ 40 ਘੰਟੇ ਜਾਂ 35 ਘੰਟੇ 15 ਦਿਨਾਂ 'ਚ ਕੰਮ ਕਰ ਸਕਦਾ ਸਟੂਡੈਂਟ, ਇੱਥੇ ਅਲਾਊਡ ਨਹੀਂ ਹੈਗਾ, ਬਿਲਕੁਲ ਵੀ ਕੰਮ ਅਲਾਊਡ ਨਹੀਂ ਹੈਗਾ। ਇੱਥੇ ਪੜ੍ਹੋ ਅਤੇ ਬਸ ਆਪਣਾ ਖਾਓ ਪੀਓ ਬਸ।
ਪੜ੍ਹਨਾ, ਕਲਾਸਾਂ ਲਓ, ਫੀਸਾਂ ਭਰੋ ਕਾਲਜ ਦੀਆਂ, ਬਸ ਇਹੀ ਆ। ਕੰਮ ਨਹੀਂ ਅਲਾਉਡ ਹੈਗਾ ਬਿਲਕੁਲ ਵੀ, ਅਤੇ ਜੋ ਕੰਮ ਕਰਦੇ ਵੀ ਆ ਉਹ ਇਲੀਗਲੀ ਕੰਮ ਕਰਦੇ ਆ, ਅਤੇ ਬਾਈ ਦਾ ਵੇ ਜੇ ਉਹ ਪੁਲਿਸ ਦੇ ਹੱਥ ਆ ਵੀ ਗਏ ਤਾਂ ਉਹਨਾਂ ਨੂੰ ਫਾਈਨ ਵੀ ਕਰ ਦਿੰਦੇ ਆ, ਉਹ ਪੁਲਿਸ ਦੇ ਮੂਡ 'ਤੇ ਡਿਪੈਂਡ ਆ, ਉਹ ਫਾਈਨ ਵੀ ਕਰ ਸਕਦੇ ਆ ਅਤੇ ਉਹ ਡਿਪੋਰਟ ਵੀ ਕਰ ਸਕਦੇ ਆ, ਅਤੇ ਇਹ ਰਿਸਕ ਵਾਲੀ ਉਹ ਗੱਲ ਆ, ਕੋਈ ਚੰਗੀ ਗੱਲ ਨਹੀਂ। ਅਤੇ ਉਹ ਤੋਂ ਬਾਅਦ ਇੱਥੇ ਤੁਹਾਨੂੰ ਕੋਈ ਵੀ ਕਹਿੰਦਾ ਵੀ ਇੱਥੇ ਇੱਦਾਂ ਜੇ ਵੋ, ਅਤੇ ਉਹ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਡਰਾਈਵਿੰਗ ਦੀ। ਇੱਥੇ ਕਈ ਮੇਰੇ ਵੀਰਾਂ ਦਾ ਮੈਨੂੰ ਮੈਸੇਜ ਆਇਆ ਸੀਗਾ ਕਿ ਸਾਨੂੰ ਕੋਈ ਏਜੰਟ ਕਹਿੰਦਾ ਵੀ ਤੈਨੂੰ ਐਜ ਟਰੱਕ ਟ੍ਰੇਲਰ ਡਰਾਈਵਰ ਜਾਂ ਟਰੱਕ ਡਰਾਈਵਰ ਇੱਥੇ ਕੈਨੇ ਸਾਈਪ੍ਰਸ 'ਚ ਭੇਜ ਦਿੰਦੇ ਹਾਂ, ਤੇਰਾ ਕੰਮ ਹੋਊਗਾ, ਤੈਨੇ 8 ਘੰਟੇ 9 ਘੰਟੇ ਟਰੱਕ ਚਲਾਉਣਾ, ਇੱਦਾਂ ਦਾ ਵੀਰੇ ਕੁਛ ਵੀ ਨਹੀਂ ਹੈਗਾ ਇੱਥੇ। ਮੈਂ ਇਹ ਨਹੀਂ ਕਹਿੰਦਾ ਹੈਗਾ ਵੀ ਇੱਥੇ ਕੰਮ ਨਹੀਂ ਹੈਗਾ ਟਰੱਕਾਂ ਦਾ, ਕੰਮ ਇੱਥੇ ਬਹੁਤ ਹੈਗਾ। ਅਤੇ ਪਰ ਅੱਜ ਤੱਕ ਮੈਂ ਕੋਈ ਟਰੱਕ ਡਰਾਈਵਰ ਇੰਡੀਅਨ ਨਹੀਂ ਦੇਖਿਆ ਹੈਗਾ ਜਾਂ ਪੰਜਾਬੀ ਨਹੀਂ ਦੇਖਿਆ ਹੈਗਾ ਟਰੱਕ ਡਰਾਈਵਰ ਜਿਹੜਾ ਇੱਥੇ ਵੀਜ਼ੇ 'ਤੇ ਕੰਮ ਕਰਦਾ ਹੋਵੇ। ਹਾਂ, ਜਿਨ੍ਹਾਂ ਕੋਲ ਯੈਲੋ ਆ ਜਾਂ ਜਿਨ੍ਹਾਂ ਕੋਲ ਪੇਪਰ ਇੱਥੇ ਦੇ ਪਾਸਪੋਰਟ ਆ ਗਏ, ਉਹਨਾਂ ਦੀ ਮੰਨੀ ਗੱਲ, ਉਹ ਚਲਾਉਂਦੇ ਹੋਣੇ, ਪਰ ਵੀਜ਼ੇ 'ਤੇ ਨਹੀਂ ਮੈਂ ਦੇਖਿਆ ਹੈਗਾ ਕੋਈ ਵੀ ਇੱਥੇ ਕੰਮ ਕਰਦਾ। ਅਤੇ ਹਾਂ, ਜੇ ਕੋਈ ਮੇਰੇ ਵੀਰ ਦਾ ਕੋਈ ਭਰੋਸੇ ਵਾਲਾ ਇਨਸਾਨ ਹੈ, ਭਰੋਸੇ ਵਾਲਾ ਏਜੰਟ ਹੈ, ਅਤੇ ਉਹ ਉਹਨੂੰ ਕਹਿੰਦਾ ਵੀ ਹਾਂ ਤੈਨੂੰ ਮੈਂ ਵੀਜ਼ੇ 'ਤੇ ਭੇਜ ਦੇਣਾ, ਟਰੱਕ ਡਰਾਈਵਰ ਦੇ ਵੀਜ਼ੇ 'ਤੇ ਇੱਥੇ ਕੰਮ ਦਵਾ ਦੇਣਾ, ਤਾਂ ਕੋਈ ਗੱਲ ਨਹੀਂ ਵੀਰੇ, ਤੁਸੀਂ ਗੱਲ ਕਰੋ ਅਗਲੇ ਨਾਲ, ਠੀਕ ਆ। ਅਤੇ ਜਦੋਂ ਜਿਹੜੀ ਕੰਪਨੀ ਤੁਹਾਨੂੰ ਕਹਿੰਦਾ ਉਹ ਐਡਰੈਸ ਲਓ ਤੁਸੀਂ, ਅਤੇ ਕੰਪਨੀ ਦਾ ਨੰਬਰ ਲਓ, ਅਤੇ ਤੁਸੀਂ ਮੇਰੇ ਨਾਲ ਮੈਨੂੰ ਦੱਸੋ, ਮੈਨੂੰ ਮੈਸੇਜ ਕਰੋ, ਅਤੇ ਮੇਰੇ ਨਾਲ ਗੱਲ ਕਰੋ, ਮੈਂ ਤੁਹਾਡੀ ਜਿੰਨੀ ਵੀ ਹੈਲਪ ਹੋ ਸਕੇ ਕਰੂੰਗਾ, ਅਤੇ ਮੈਂ ਕੰਪਨੀ ਕੋਲ ਖੁਦ ਜਾ ਕੇ ਆਊਂਗਾ, ਬਾਏ ਦਾ ਫੇਸ ਟੂ ਫੇਸ ਗੱਲ ਕਰਕੇ ਆਊਂਗਾ ਵੀ ਇਹ ਬੰਦਾ ਤੁਸੀਂ ਬੁਲਾ ਰਹੇ ਹੋ ਜਾਂ ਨਹੀਂ ਬੁਲਾ ਰਹੇ, ਜਾਂ ਇਹ ਤੁਹਾਨੂੰ ਦੱਸੂੰਗਾ ਵੀ ਤੁਹਾਨੂੰ ਏਜੰਟ ਜਿਹੜਾ ਉਹ ਬੇਵਕੂਫ ਤਾਂ ਨਹੀਂ ਬਣਾ ਰਿਹਾ ਹੈਗਾ। ਅਤੇ ਕੋਈ ਗੱਲ ਨਹੀਂ, ਮੇਰਾ ਫੇਸਬੁੱਕ ਪੇਜ ਆ, ਅਤੇ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਪਾਊਂਗਾ, 007 ਟਰੱਕਿੰਗ, ਅਤੇ ਮੇਰੇ ਯੂਟਿਊਬ ਚੈਨਲ 'ਤੇ ਤੁਸੀਂ ਕਮੈਂਟ ਕਰੋ, ਅਤੇ ਮੈਂ ਨੰਬਰ ਵੀ ਦਿੱਤਾ ਹੋਇਆ ਗਾ ਆਪਣਾ, ਕਦੋਂ ਮਰਜ਼ੀ ਤੈਨੂੰ ਮਿਸ ਕਾਲ ਕਰੋ ਮੈਨੂੰ, ਮੈਂ ਫੋਨ ਕਰੂੰਗਾ ਇੰਡੀਆ ਵਾਲੇ ਵੀਰਾਂ ਨੂੰ, ਕਦੋਂ ਵੀ ਮਿਸ ਕਾਲ ਕਰੋ ਮੈਂ ਫੋਨ ਕਰੂੰਗਾ ਤੁਹਾਨੂੰ, ਜਦੋਂ ਵੀ ਮੈਨੂੰ ਟਾਈਮ ਹੋਇਆ ਮੈਂ ਫੋਨ ਕਰੂੰਗਾ, ਅਤੇ ਤੁਹਾਡੀ ਹੈਲਪ ਕਰੂੰਗਾ। ਜਿਹਨੂੰ ਵੀ ਕੋਈ ਵੀ ਹੈਲਪ ਚਾਹੀਦੀ ਆ, ਨੋ ਪ੍ਰੋਬਲਮ, ਮੈਸੇਜ ਮੀ ਔਰ ਗਿਵ ਮੀ ਏ ਬਲੈਂਕ ਕਾਲ, ਆਈ ਵਿਲ ਹੈਲਪ ਯੂ। ਅਤੇ ਇਹ ਜੋ ਗੱਲਾਂ ਨੇ ਆਪਣੇ ਸਾਈਪ੍ਰਸ ਦੀਆਂ ਕੀਤੀਆਂ ਮੈਂ। ਅਤੇ ਉਹ ਤੋਂ ਬਾਅਦ ਜਿਹੜਾ ਵੀ ਵੀਰ ਇੱਥੇ ਆ ਰਿਹਾ ਹੈਗਾ, ਅਤੇ ਉਹਦੇ ਲਈ ਇੱਕ ਮੇਰਾ ਸਮਝ ਲਓ ਸੁਜੈਸ਼ਨ ਆ, ਜੋ ਵੀ ਵੀਰ ਇੱਥੇ ਆ ਰਿਹਾ ਜਿਹਦੇ ਲਈ ਕੋਈ ਜਾਓ, ਕੋਈ ਚਾਰਾ ਨਹੀਂ ਹੈਗਾ ਜਾਂ ਜਿਹਨੇ ਅਪਲਾਈ ਕੀਤਾ ਹੋਇਆ, ਉਹਦੇ ਲਈ ਸੁਜੈਸ਼ਨ ਆ। ਅਤੇ ਜਦੋਂ ਆਪਾਂ ਜਿਹੜਾ ਵੀ ਵੀਰ ਇੱਥੇ ਆ ਗਿਆ ਸਾਈਪਰ 'ਚ, ਉਹਦੇ ਲਾਇਸੈਂਸ ਬਣਾਉਣਾ ਜਿਹੜਾ ਉਹਨੇ ਕਾਰ ਦਾ, ਉਹਨੂੰ ਉਹਦੇ ਲਈ 6 ਮਹੀਨੇ ਵੇਟ ਕਰਨੀ ਪੈਣੀ ਇੱਥੇ। 6 ਮਹੀਨੇ ਜਦੋਂ ਉਹਨੂੰ ਇੱਥੇ ਪੂਰੇ ਹੋ ਗਏ ਸਾਈਪਰ 'ਚ ਆਏ ਨੂੰ, ਫਿਰ ਉਹ ਇੱਥੇ ਲਾਇਸੈਂਸ ਸਾਈਪਰਸ ਦਾ ਲਾਇਸੈਂਸ ਜਿਹੜਾ ਸਪਰੋਟ ਲਾਇਸੈਂਸ ਆ ਉਹ ਅਪਲਾਈ ਕਰ ਸਕਦਾ। ਅਤੇ ਜੇਕਰ ਜਿਹੜਾ ਵੀ ਮੇਰਾ ਵੀਰ ਇੱਥੇ ਆ ਰਿਹਾ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਲੈ ਕੇ ਆਊਗਾ ਇੱਥੇ, ਤਾਂ ਉਹ ਸਿੱਧਾ ਇੱਥੇ ਆ ਕੇ ਡਰਾਈਵਿੰਗ ਟੈਸਟ ਦੇ ਕੇ ਅਤੇ ਸਪਰੋਟ ਲਾਇਸੈਂਸ ਆਪਣਾ ਲੈ ਸਕਦਾ। ਅਤੇ ਜ਼ਿਆਦਾਤਰ ਮੈਂ ਇਹੀ ਕਹਿੰਦਾ ਵੀਰੇ ਵੀਰਾਂ ਨੂੰ ਜਿਹੜੇ ਵੀ ਇੱਥੇ ਆ ਰਹੇ ਆ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ, ਉਹ ਇੱਥੇ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਆਪਣੀ ਕੰਟਰੀ ਦਾ ਜ਼ਰੂਰ ਲੈ ਕੇ ਆਓ, ਤਾਂ ਕਿ ਤੁਹਾਨੂੰ ਇੱਥੇ ਆ ਕੇ ਕੋਈ ਪ੍ਰੋਬਲਮ ਨਾ ਆ ਸਕੇ ਅਤੇ 6 ਮਹੀਨੇ ਵੇਟ ਨਾ ਕਰਨਾ ਪਵੇ। ਅਤੇ ਠੀਕ ਆ ਵੀਰੇ, ਰੱਬ ਨੇ ਕਿਰਪਾ ਕਰੀ ਕੇ ਮਨ ਬਣਿਆ ਅੱਜ ਤੁਹਾਡੀ ਸਭ ਦੀ ਹੈਲਪ ਕਰਨ ਦਾ, ਅਤੇ ਸਪੈਸ਼ਲੀ ਥੈਂਕ ਯੂ ਸਾਰੇ ਵੀਰਾਂ ਨੂੰ ਜਿੰਨੇ ਵੀ ਮੇਰੇ ਵੀਰ ਆ ਰੰਧਾਵਾ ਹੈਲਪਲਾਈਨ ਗਰੁੱਪ 'ਚ, ਅਤੇ ਸਪੈਸ਼ਲੀ ਥੈਂਕ ਯੂ ਹਰਨੇਕ ਭਾਜੀ ਨੂੰ। ਅਤੇ ਮੈਂ ਦੁਆ ਕਰਦਾ ਕਿ ਜਿਹੜੇ ਵੀ ਮੇਰੇ ਜਿੰਨੇ ਵੀ ਮੇਰੇ ਵੀਰ ਆ ਸਾਈਪ੍ਰਸ 'ਚ, ਜਿਹੜੇ ਸਾਈਪ੍ਰਸ 'ਚ ਆਉਣਾ ਚਾਹ ਰਹੇ ਆ, ਅਤੇ ਰੱਬ ਤੁਹਾਡੀਆਂ ਸੁਪਨੇ ਪੂਰੇ ਕਰੇ, ਅਤੇ ਜਿੰਨਾ ਵੀ ਹੋ ਸਕੇ ਵੀਰੇ ਇਸ ਵੀਡੀਓ ਨੂੰ ਸ਼ੇਅਰ ਕਰਿਓ, ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਮੈਂ ਅੱਗੇ ਵੀ ਵੀਡੀਓ ਬਣਾਊਂਗਾ ਸਾਈਪ੍ਰਸ ਬਾਰੇ, ਕਿੱਦਾਂ ਇੱਥੇ ਆਈਲੈਟਸ ਕਰਨੀ ਆਪਾਂ ਫ੍ਰੀ 'ਚ, ਅਤੇ ਕਿੱਦਾਂ ਇੱਥੇ ਆਪਾਂ ਜੋਬ ਲੱਭਣੀ ਆ ਕਿਸੇ ਹੋਰ ਕੰਟਰੀ 'ਚ, ਕਿੱਦਾਂ ਇੱਥੇ ਆਪਾਂ ਫ੍ਰੀ 'ਚ ਆ ਸਕਦੇ ਹਾਂ ਬਿਨਾਂ ਏਜੰਟਾਂ ਤੋਂ, ਫ੍ਰੀ 'ਚ ਇੱਥੇ ਸਾਈਪ੍ਰਸ 'ਚ ਆ ਸਕਦੇ ਹਾਂ ਇੰਡੀਆ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ, ਇਹਦੇ ਲਈ ਵੀ ਮੈਂ ਸਰਚ ਕਰ ਰਿਹਾ, ਵੀਡੀਓ ਬਣਾਊਂਗਾ ਅੱਗੇ ਜਾ ਕੇ। ਅਤੇ ਸੋ ਥੈਂਕ ਯੂ ਮੇਰੇ ਵੀਰਾਂ ਨੂੰ, ਅਤੇ ਸਤਿ ਸ਼੍ਰੀ ਅਕਾਲ।